ਮੈਨੂੰ ਲੱਗਦਾ ਜਦ ਬੰਦੇ ਕੋਲ ਘੱਟ ਪੈਸੇ ਹੁੰਦੇ ਨੇ ਨਾ ਬਿਜ਼ਨਸ ਲਈ, ਬੰਦਾ ਜ਼ਿਆਦਾ ਬਿਜ਼ਨਸ ਕਰਨਾ ਸਿੱਖਦਾ, ਬੰਦਾ ਤੰਗੀਆਂ 'ਚੋਂ ਨਿਕਲਦਾ, ਬੰਦੇ ਨੂੰ ਇਕੱਲੇ ਇਕੱਲੇ ਪੈਸੇ ਦੀ ਵੈਲਿਊ ਪਤਾ ਹੁੰਦੀ ਹੈ, ਬੰਦੇ ਨੂੰ ਪਤਾ ਹੁੰਦਾ ਯਾਰ ਵੀ ਮੇਰੇ ਕੋਲ ਐਕਸਟਰਾ ਨਹੀਂ ਹੈਗੇ, ਮੈਂ ਇਕੱਲਾ ਇਕੱਲਾ ਪੈਸਾ ਕਿੱਥੇ ਲਗਾਉਣਾ, ਬੰਦਾ ਧਿਆਨ ਨਾਲ ਸੋਚਦਾ, ਸਮਝਦਾ, ਵਿਚਾਰ ਕਰਦਾ, ਕੰਜੂਸੀ ਕਰਦਾ, ਨਵੇਂ ਨਵੇਂ ਆਈਡੀਆਜ਼ ਕੱਢ ਕੇ ਲੈ ਕੇ ਆਉਂਦਾ ਪੈਸੇ ਬਚਾਉਣ ਦੇ, ਅਤੇ ਬਹੁਤ ਚੀਜ਼ਾਂ ਕਰਦਾ। ਮੇਰੇ ਹਿਸਾਬ ਨਾਲ ਨਾ ਜੇ ਆਪਾਂ ਬਿਜ਼ਨਸ ਕਰਨਾ ਤਾਂ ਆਪਣੇ ਕੋਲ ਜ਼ਿਆਦਾ ਪੈਸੇ ਨਹੀਂ ਹੋਣੇ ਚਾਹੀਦੇ, ਮਤਲਬ ਵੀ ਅੱਗ ਲਾਉਣ ਨੂੰ ਪੈਸਾ ਨਹੀਂ ਹੋਣਾ ਚਾਹੀਦਾ, ਆਪਣੇ ਕੋਲ ਲਿਮਿਟਿਡ ਪੈਸਾ ਹੋਣਾ ਚਾਹੀਦਾ, ਘੱਟ ਪੈਸਾ ਹੋਣਾ ਚਾਹੀਦਾ, ਅਤੇ ਉਹਦੇ ਨਾਲ ਆਪਾਂ ਜ਼ਿਆਦਾ ਬਿਜ਼ਨਸ ਮਤਲਬ ਵੀ ਤਕੜਾ ਖੜਾ ਕਰ ਸਕਦੇ ਹਾਂ, ਕਿਉਂਕਿ ਉਹਦੇ ਨਾਲ ਆਪਣੀ ਨੌਲੇਜ ਜ਼ਿਆਦਾ ਵਧੂਗੀ ਅਤੇ ਉਹਦੇ ਨਾਲ ਮਤਲਬ ਵੀ ਆਪਾਂ ਥੋੜ੍ਹੇ ਵਧੀਆ ਡਿਸੀਜਨ ਲੈ ਸਕਦੇ ਹਾਂ। ਤੁਸੀਂ ਕਈ ਸਟਾਰਟਅਪਸ ਦੇਖੇ ਹੋਣੇ, ਕਈ ਸਟਾਰਟਅਪਸ ਘੱਟ ਪੈਸੇ ਦੀ ਵਜ੍ਹਾ ਨਾਲ ਮਤਲਬ ਵੀ ਬੰਦ ਨਹੀਂ ਹੁੰਦੇ, ਜ਼ਿਆਦਾ ਪੈਸੇ ਦੀ ਵਜ੍ਹਾ ਨਾਲ ਬੰਦ ਹੁੰਦੇ ਨੇ, ਕਿਉਂਕਿ ਉਹਨਾਂ ਕੋਲ ਪੈਸਾ ਬਹੁਤ ਜ਼ਿਆਦਾ ਹੁੰਦਾ ਅਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਅਸੀਂ ਕਰੀਏ ਕੀ, ਅਤੇ ਜ਼ਿਆਦਾ ਪੈਸਾ ਬਰਨ ਕਰਨ ਲੱਗ ਜਾਂਦੇ ਨੇ, ਫਜ਼ੂਲ ਦੀ ਚੀਜ਼ਾਂ ਖਰੀਦਣ ਲੱਗ ਜਾਂਦੇ ਨੇ, ਫਜ਼ੂਲ ਦਾ ਮਤਲਬ ਵੀ ਲਗਾਉਣ ਲੱਗ ਜਾਂਦੇ ਨੇ, ਉਹੀ ਜਿਹੜੀ ਚੀਜ਼ ਦੇ ਤੁੱਕ ਵੀ ਨਹੀਂ ਮਾਰਦੇ ਉੱਥੇ ਵੀ ਪੈਸਾ ਲਗਾਉਣ ਲੱਗ ਜਾਂਦੇ ਨੇ, ਤਾਂ ਉਹ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ। ਤਾਂ ਆਪਾਂ ਸਿਰਫ ਪੈਸੇ ਨਾਲ, ਜ਼ਿਆਦਾ ਪੈਸੇ ਨਾਲ ਡੇਅਰੀ ਫਾਰਮ ਕਾਮਯਾਬ ਕਰ ਸਕਦੇ ਹਾਂ ਮੇਰੇ ਹਿਸਾਬ ਨਾਲ। ਜੇ ਤੁਹਾਡੇ ਕੋਲ ਸਿਰਫ ਪੈਸਾ ਪਿਆ ਨਾ, ਐਕਸਟਰਾ ਪੈਸਾ ਪਿਆ, ਅਤੇ ਤੁਸੀਂ ਸੋਚਦੇ ਹੋ ਵੀ ਮੈਂ ਐਕਸਟਰਾ ਪੈਸੇ ਨਾਲ ਬਸ ਡੇਅਰੀ ਫਾਰਮ ਸਟਾਰਟ ਕਰ ਲੂੰਗਾ, ਸਿੱਧਾ 100-200 ਪਸ਼ੂ ਪਾ ਲੂੰਗਾ, ਆਪ ਜ਼ਿਆਦਾ ਕੁਛ ਨਹੀਂ ਕਰੂੰਗਾ, ਵਰਕਰਸ ਰੱਖ ਲੂੰਗਾ, ਸਾਰਾ ਕੁਛ ਕਰ ਲੂੰਗਾ, ਅਤੇ ਮੇਰਾ ਮਤਲਬ ਵੀ ਪੈਸਾ ਵਧੀਆ ਇਨਵੈਸਟ ਹੋ ਜੂਗਾ ਅਤੇ ਉਹ ਮੈਨੂੰ ਬਹੁਤ ਪੈਸੇ ਬਣਾ ਕੇ ਦੇਣ ਲੱਗ ਜੂਗਾ। ਮੇਰੇ ਹਿਸਾਬ ਨਾਲ ਇਹ ਗਲਤ ਡਿਸੀਜਨ ਆ। ਇਕੱਲੇ ਪੈਸੇ ਨਾਲ, ਜ਼ਿਆਦਾ ਪੈਸੇ ਨਾਲ ਆਪਾਂ ਡੇਅਰੀ ਫਾਰਮ ਨੂੰ ਬਹੁਤ ਕਾਮਯਾਬ ਨਹੀਂ ਕਰ ਸਕਦੇ, ਬਹੁਤ ਬੜੇ ਲੈਵਲ 'ਤੇ ਨਹੀਂ ਲੈ ਕੇ ਜਾ ਸਕਦੇ, ਕਿਉਂਕਿ ਜੇ ਤੁਸੀਂ ਸੋਚਦੇ ਹੋ ਨਾ ਯਾਰ ਮੈਨੂੰ ਆਪ ਨੂੰ ਕੋਈ ਕੰਮ ਨਾ ਕਰਨਾ ਪਵੇ, ਮੈਂ ਬਸ ਪੈਸਾ ਇਨਵੈਸਟ ਕਰਦਾ, ਡੇਅਰੀ ਫਾਰਮ ਖੋਲ੍ਹ ਕੇ ਦੇਦਾ, ਵਰਕਰਸ ਵਗੈਰਾ ਸਾਂਭ ਵੀ ਜਾਣਗੇ, ਜੇ ਮੈਂ 1 ਕਰੋੜ ਰੁਪਏ ਲਾਇਆ ਤਾਂ ਮੈਨੂੰ ਮਤਲਬ ਵੀ 10-20 ਕਰੋੜ ਰੁਪਇਆ ਆਜੂਗਾ ਹੌਲੀ ਹੌਲੀ ਕਰਦੇ ਕਰਦੇ। ਜੇ ਤੁਹਾਨੂੰ ਆਪ ਨੂੰ ਨੌਲੇਜ ਨਹੀਂ ਹੈਗੀ ਨਾ ਉਹ ਬਿਜ਼ਨਸ ਬਾਰੇ, ਤਾਂ ਉਹ ਬਿਜ਼ਨਸ ਬੜੇ ਲੈਵਲ 'ਤੇ ਨਹੀਂ ਲੈ ਕੇ ਜਾ ਸਕਦੇ ਤੁਸੀਂ, ਕਿਉਂਕਿ ਬਿਜ਼ਨਸ ਓਨਰ ਦਾ ਇੰਟਰਸਟ ਡਿਫਰੈਂਟ ਹੁੰਦਾ ਬਿਜ਼ਨਸ 'ਚ, ਉਹਦਾ ਮਤਲਬ ਇੰਟਰਸਟ ਹੁੰਦਾ ਯਾਰ ਮੈਂ ਬਿਜ਼ਨਸ ਨੂੰ ਬੜੇ ਲੈਵਲ 'ਤੇ ਲੈ ਕੇ ਜਾਵਾਂ, ਇਹਨੂੰ ਵਧਾਵਾਂ, ਇਹਨੂੰ ਹੋਰ ਮਤਲਬ ਵੀ ਤਕੜਾ ਕਰਾਂ। ਬਟ ਜਿਹੜੇ ਤੁਹਾਡੇ ਵਰਕਰਸ ਹੁੰਦੇ ਨੇ ਉਹਨਾਂ ਨੂੰ ਸਿਰਫ ਆਪਣੀ ਤਨਖਾਹ ਤੱਕ ਮਤਲਬ ਹੁੰਦਾ, ਉਹਨਾਂ ਨੂੰ ਕੋਈ ਐਂਬੀਸ਼ਨ ਨਹੀਂ ਹੁੰਦਾ ਵੀ ਇਹਨੂੰ ਬੜਾ ਕਰਨਾ, ਇਹਨੂੰ ਇਹ ਕਰਨਾ, ਜਿੰਨਾ ਕੁ ਉਹਨਾਂ ਨੂੰ ਕੰਮ ਦੇਤਾ ਉਹਨਾਂ ਕੀ ਉਹ ਕਰਨਗੇ, ਉਹ ਤੋਂ ਜ਼ਿਆਦਾ ਨਹੀਂ ਕਰਨਗੇ। ਐਗਜ਼ਾਮਪਲ ਦਿੰਦਾ, ਹੁਣ ਜਿਵੇਂ ਸਪੋਜ਼ ਕਰੋ ਜਿਹੜੀ ਆਪਣੀ ਸ਼ਹਿਰ ਦੁਕਾਨ ਆ, ਠੀਕ ਹੈ, ਉਹ ਮੇਰੇ ਬ੍ਰਦਰ ਸਾਂਭਦੇ ਨੇ, ਠੀਕ ਆ, ਹੁਣ ਉਹ ਬ੍ਰਦਰ ਦਾ ਇੰਟਰਸਟ ਡਿਫਰੈਂਟ ਆ, ਰਾਦਰ ਦੈਨ ਜੇ ਆਪਾਂ ਮਤਲਬ ਵੀ ਕੋਈ ਇੰਪਲੋਈ ਰੱਖਿਆ ਹੁੰਦਾ, ਕੋਈ ਮੈਨੇਜਰ ਵਗੈਰਾ ਰੱਖਿਆ ਹੁੰਦਾ, ਉਹਦਾ ਇੰਨਾ ਇੰਟਰਸਟ ਨਹੀਂ ਹੋਣਾ ਸੀਗਾ। ਹੁਣ ਮੇਰੇ ਬ੍ਰਦਰ ਤਾਂ ਸੋਚਦੇ ਨੇ ਯਾਰ ਹੁਣ ਆਪਾਂ ਦੁਕਾਨ ਨੂੰ ਹੋਰ ਕਿਵੇਂ ਵਧਾਈਏ, ਕਿਵੇਂ ਅੱਗੇ ਲੈ ਕੇ ਜਾਈਏ, ਕਿਹੜਾ ਪ੍ਰੋਡਕਟ ਐਡ ਕਰੀਏ, ਹੋਰ ਕਸਟਮਰਸ ਕਿਵੇਂ ਲੈ ਕੇ ਆਈਏ। ਜੇ ਉੱਥੇ ਆਪਾਂ ਇੱਕ ਵਰਕਰ ਨੂੰ ਰੱਖਦੇ, ਉਹਨੇ ਬਸ ਕੀ ਕਰਨਾ ਸੀਗਾ, ਜਿੰਨਾ ਕੁ ਸਮਾਨ ਦੁਕਾਨ 'ਚ ਪਿਆ ਉਹਨੂੰ ਬਸ ਵੇਚਣਾ ਸੀਗਾ, ਉਹਨੇ ਕੁਛ ਨਵਾਂ ਨਹੀਂ ਸੋਚਣਾ ਸੀਗਾ, ਕੁਛ ਅੱਗੇ ਨਹੀਂ ਸੋਚਣਾ ਸੀਗਾ, ਕੁਛ ਡਿਫਰੈਂਟ ਨਹੀਂ ਸੋਚਣਾ ਸੀਗਾ, ਉਹਨੇ ਬਸ ਇਹ ਸੋਚਣਾ ਸੀਗਾ ਵੀ ਯਾਰ ਜੋ ਮੇਰੀ ਡਿਊਟੀ ਆ ਵੀ ਇੱਥੇ ਬੈਠਣਾ, ਕੋਈ ਕਸਟਮਰ ਆ ਗਿਆ ਜਿਹੜਾ ਉਹਨੇ ਸਮਾਨ ਮੰਗਿਆ ਉਹਨੂੰ ਉਹ ਸਮਾਨ ਦੇ ਦੇਣਾ, ਬਸ ਮੇਰਾ ਇੰਨਾ ਕੰਮ ਆ, ਉਹਨੇ ਸਿਰਫ ਇੰਨਾ ਕੀ ਕਰਨਾ ਸੀਗਾ। ਤਾਂ ਜੇ ਆਪਾਂ ਸੋਚਦੇ ਹਾਂ ਵੀ ਆਪਾਂ ਬਹੁਤ ਪੈਸਾ ਲਗਾ ਕੇ, ਸਿਰਫ ਪੈਸਾ ਲਗਾ ਕੇ ਡੇਅਰੀ ਫਾਰਮ ਕਾਮਯਾਬ ਕਰ ਲਾਂਗੇ, ਨਹੀਂ ਹੋ ਸਕਦਾ। ਆਪਾਂ ਨੂੰ ਆਪ ਨੂੰ ਅੰਦਰ ਵੜਨਾ ਪਊਗਾ, ਆਪਾਂ ਨੂੰ ਆਪ ਸੋਚਣਾ ਪਊਗਾ ਵੀ ਇਹ ਫਾਰਮ ਨੂੰ ਹੁਣ ਬੜੇ ਲੈਵਲ 'ਤੇ ਕਿਵੇਂ ਲੈ ਕੇ ਜਾਈਏ, ਇਹ ਫਾਰਮ ਨੂੰ ਹੋਰ ਵਧੀਆ ਕਿਵੇਂ ਕਰੀਏ, ਇਹ ਫਾਰਮ 'ਚ ਹੋਰ ਨਵੀਂ ਟੈਕਨੋਲੋਜੀ ਕੀ ਲੈ ਕੇ ਆਈਏ। ਸਿਰਫ ਪੈਸੇ ਨਾਲ ਜੇ ਬਿਜ਼ਨਸ ਕਾਮਯਾਬ ਹੁੰਦੇ ਨਾ ਤਾਂ ਲੋਕਾਂ ਕੋਲ ਬਹੁਤ ਪੈਸਾ ਪਿਆ, ਠੀਕ ਆ। ਪੈਸਾ ਅਤੇ ਬਿਜ਼ਨਸ ਕਰਨ ਦੀ ਸੈਂਸ 2 ਡਿਫਰੈਂਟ ਚੀਜ਼ਾਂ ਨੇ। ਕਈ ਲੋਕਾਂ ਕੋਲ ਬਿਜ਼ਨਸ ਕਰਨ ਦੀ ਸੈਂਸ ਹੁੰਦੀ ਹੈ ਬਟ ਪੈਸਾ ਨਹੀਂ ਹੁੰਦਾ, ਕਈ ਲੋਕਾਂ ਕੋਲ ਪੈਸਾ ਪਿਆ ਹੁੰਦਾ ਬਟ ਬਿਜ਼ਨਸ ਨਹੀਂ ਪਤਾ ਹੁੰਦਾ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਤਾਂ ਜੇ ਤੁਸੀਂ ਡੇਅਰੀ ਫਾਰਮ ਨੂੰ ਕਾਮਯਾਬ ਕਰਨਾ ਚਾਹੁੰਦੇ ਹੋ ਨਾ, ਬਹੁਤ ਵੱਡੇ ਲੈਵਲ 'ਤੇ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਮੇਰੇ ਹਿਸਾਬ ਨਾਲ ਬਾਹਲਾ ਪੈਸਾ ਨਹੀਂ ਇਨਵੈਸਟ ਕਰਨਾ ਚਾਹੀਦਾ ਸਟਾਰਟਿੰਗ 'ਚ। ਜੇ ਤੁਹਾਨੂੰ ਕੰਮ ਨਹੀਂ ਆਉਂਦਾ ਨਾ, ਛੋਟੇ ਲੈਵਲ ਤੋਂ ਸਟਾਰਟ ਕਰੋ। ਜੇ ਤੁਸੀਂ ਸੋਚਦੇ ਹੋ ਸਿੱਧਾ ਮੈਂ 100 ਪਸ਼ੂਆਂ ਤੋਂ ਸਟਾਰਟ ਕਰੂੰਗਾ, ਬੜੇ ਸ਼ੈੱਡ ਬਣਾ ਦੂੰਗਾ, ਹੋਰ ਕਰੂੰਗਾ, ਫੇਲ ਹੋਵੋਗੇ ਜੇ ਤੁਹਾਨੂੰ ਐਕਸਪੀਰੀਅੰਸ ਨਹੀਂ ਹੈਗਾ, ਠੀਕ ਆ। ਜੇ ਤੁਸੀਂ ਮਤਲਬ ਵੀ 10 ਪਸ਼ੂਆਂ ਤੋਂ ਸਟਾਰਟ ਕਰੋਗੇ, ਆਪ ਐਕਸਪੀਰੀਅੰਸ ਲਓਗੇ, ਸਿੱਖੋਗੇ, ਮੈਨੇਜਮੈਂਟ ਦੇਖੋਗੇ, ਫਿਰ ਹੌਲੀ ਹੌਲੀ ਉਹਨੂੰ ਬੜਾ ਕਰੋਗੇ, ਪੈਸੇ ਤੁਹਾਡੇ ਕੋਲ ਪਏ ਨੇ, ਕੋਈ ਚੱਕਰ ਨਹੀਂ ਹੈਗਾ, 10 ਤੋਂ ਬਾਅਦ ਹੋਰ 10 ਪਾ ਲਓ, ਹੋਰ 10 ਪਾ ਲਓ, ਕਰੀ ਜਾਓ, ਠੀਕ ਆ। ਬਟ ਸਿੱਧਾ 100 ਪਸ਼ੂ ਪਾਉਣੇ ਉਹ ਗਲਤ ਆ ਚੀਜ਼, ਹੌਲੀ ਹੌਲੀ ਸਟਾਰਟ ਕਰੋ, ਹੌਲੀ ਹੌਲੀ ਅੱਗੇ ਕਰੋ, ਅਤੇ ਆਪ ਦੀ ਇਨਵੋਲਵਮੈਂਟ ਬਿਜ਼ਨਸ 'ਚ ਚਾਹੀਦੀ ਆ। ਜੇ ਤੁਸੀਂ ਕਿਸੇ ਵੀ ਬਿਜ਼ਨਸ ਨੂੰ ਬਹੁਤ ਵੱਡੇ ਲੈਵਲ 'ਤੇ ਲੈ ਕੇ ਜਾਣਾ ਨਾ, ਤੁਹਾਡਾ ਉਹ ਮੇਨ ਬਿਜ਼ਨਸ ਹੋਣਾ ਚਾਹੀਦਾ, ਸਿੱਧੀ ਜਿਹੀ ਗੱਲ ਆ। ਤੁਹਾਡੀ ਉਹ ਸਾਈਡ ਇਨਕਮ ਨਹੀਂ ਹੋਣੀ ਚਾਹੀਦੀ, ਤੁਹਾਡੀ ਉਹ ਪੈਸਿਵ ਇਨਕਮ ਨਹੀਂ ਹੋਣੀ ਚਾਹੀਦੀ, ਤੁਹਾਡਾ ਉਹ ਕੁਛ ਨਹੀਂ ਹੋਣਾ ਚਾਹੀਦਾ, ਤੁਹਾਡਾ ਮੇਨ ਫੋਕਸ ਉਹ ਚੀਜ਼ 'ਤੇ ਹੋਣਾ ਚਾਹੀਦਾ, ਤੁਹਾਡੀ ਮੇਨ ਇਨਕਮ ਉਹ ਹੋਣੀ ਚਾਹੀਦੀ ਹੈ, ਤੁਹਾਡਾ ਮੇਨ ਧਿਆਨ ਉਹ ਚੀਜ਼ 'ਤੇ ਹੋਣਾ ਚਾਹੀਦਾ। ਹੁਣ ਜਿਵੇਂ ਮੇਰਾ ਮੇਨ ਕੰਮ ਹੈਗਾ ਡੇਅਰੀ ਫਾਰਮਿੰਗ ਦਾ, ਠੀਕ ਆ, ਖੇਤੀ ਮੇਰੇ ਫਾਦਰ ਸਾਹਿਬ ਸਾਂਭਦੇ ਨੇ, ਠੀਕ ਆ, ਖੇਤੀ ਮੇਰਾ ਮੇਨ ਕੰਮ ਨਹੀਂ ਹੈਗਾ, ਮਤਲਬ ਵੀ ਆਪਣਾ ਪਰਿਵਾਰਕ ਕੰਮ ਆ, ਖੇਤੀ ਵੀ ਮੈਂ ਦੇਖਦਾ, ਸਭ ਕੁਛ ਕਰਦਾ, ਸਿੱਖਣ ਦੀ ਕੋਸ਼ਿਸ਼ ਕਰਦਾ, ਬਟ ਮੇਰਾ ਸਾਰਾ ਮੇਨ ਫੋਕਸ ਹੈਗਾ ਡੇਅਰੀ ਫਾਰਮਿੰਗ 'ਤੇ, ਵੀ ਇਹ ਚੀਜ਼ ਮੇਰੀ ਆ, ਇਹ ਚੀਜ਼ ਨੂੰ ਮੈਂ ਸਾਂਭਣਾ, ਇਹ ਚੀਜ਼ ਨੂੰ ਮੈਂ ਅੱਗੇ ਲੈ ਕੇ ਜਾਣਾ।
ਤਾਂ ਸਿਰਫ ਪੈਸਾ ਕੁਛ ਨਹੀਂ ਕਰਦਾ ਯਾਰ, ਆਪ ਦੀ ਇਨਵੋਲਵਮੈਂਟ ਚਾਹੀਦੀ ਆ, ਆਪ ਨੂੰ ਪਤਾ ਹੋਣਾ ਚਾਹੀਦਾ। ਜੇ ਤੁਹਾਨੂੰ ਆਪ ਨੂੰ ਨਹੀਂ ਨੌਲੇਜ ਹੈਗੀ ਨਾ ਉਹ ਕੰਮ ਕਾਰ ਬਾਰੇ, ਕਈ ਵਾਰ ਤੁਹਾਡੇ ਵਰਕਰ ਸੀ ਤੁਹਾਨੂੰ ਖਾ ਜਾਣਗੇ, ਉਹੀ ਤੁਹਾਡੇ ਨਾਲ ਘਪਲਾ ਕਰੀ ਜਾਣਗੇ, ਤੁਹਾਨੂੰ ਪਤਾ ਨਹੀਂ ਲੱਗਣਾ ਵੀ ਕੀ ਹੋ ਰਿਹਾ ਮੇਰੇ ਬਿਜ਼ਨਸ 'ਚ, ਕਿਵੇਂ ਹੋ ਰਿਹਾ ਕਿਵੇਂ ਨਹੀਂ ਹੋ ਰਿਹਾ। ਤੁਹਾਨੂੰ ਆਪ ਨੂੰ ਸਾਰੇ ਕੰਮ ਆਉਣੇ ਚਾਹੀਦੇ ਨੇ, ਭਾਵੇਂ ਤੁਸੀਂ ਕਰੋ ਨਾ। ਹੁਣ ਮੈਨੂੰ ਡੇਅਰੀ ਫਾਰਮਿੰਗ ਦੇ A to Z ਸਾਰੇ ਕੰਮ ਆਉਂਦੇ ਨੇ, ਬਟ ਮੈਂ ਆਪ ਨਹੀਂ ਕਰਦਾ, ਠੀਕ ਆ, ਮੈਂ ਸਿਰਫ ਮੈਨੇਜ ਕਰਦਾ। ਹੁਣ ਮੈਨੂੰ ਆਪ ਕੰਮ ਆਉਂਦੇ ਨੇ ਤਾਂ ਕਰਕੇ ਮੈਨੂੰ ਕੋਈ ਬੇਵਕੂਫ ਨਹੀਂ ਬਣਾ ਸਕਦਾ, ਮੈਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਇਹ ਚੀਜ਼ ਆਏ ਹੁੰਦੀ ਹੈ ਜੀ ਆਏ ਹੁੰਦੀ ਹੈ, ਮੈਨੂੰ ਪਤਾ ਵੀ ਨਹੀਂ ਆਏ ਨਹੀਂ ਹੁੰਦੀ, ਆਏ ਹੁੰਦੀ ਆ, ਠੀਕ ਹੈ। ਤਾਂ ਜੇ ਤੁਸੀਂ ਸੋਚਦੇ ਹੋ ਵੀ ਸਿਰਫ ਪੈਸੇ ਨਾਲ ਡੇਅਰੀ ਫਾਰਮ ਖੋਲ੍ਹ ਕੇ ਦੇ ਦੋਗੇ ਅਤੇ ਉਹ ਕਾਮਯਾਬ ਹੋ ਜੂਗਾ, ਉਹ ਨਹੀਂ ਕਾਮਯਾਬ ਹੋ ਸਕਦਾ। ਥੋੜ੍ਹੀ ਆਪ ਦੀ ਇਨਵੋਲਵਮੈਂਟ ਚਾਹੀਦੀ ਹੈ, ਥੋੜ੍ਹੀ ਆਪ ਦੀ ਸੋਚ ਚਾਹੀਦੀ ਹੈ ਉਹਦੇ ਵਿੱਚ, ਜਿੰਨਾ ਤੁਸੀਂ ਸੋਚੋਗੇ। ਜਿਹੜਾ ਬਿਜ਼ਨਸ ਓਨਰ ਆ, ਜਿੰਨਾ ਉਹ ਸੋਚੂਗਾ ਆਪਣੇ ਫਾਇਦੇ ਵਾਸਤੇ, ਉਹਨਾਂ ਵਰਕਰ ਨਹੀਂ ਤੁਹਾਡੇ ਫਾਇਦੇ ਵਾਸਤੇ ਸੋਚੂਗਾ, ਉਹਨਾਂ ਕੋਈ ਹੋਰ ਨਹੀਂ ਤੁਹਾਡੇ ਫਾਇਦੇ ਵਾਸਤੇ ਸੋਚੂਗਾ, ਤੁਹਾਨੂੰ ਆਪ ਨੂੰ ਕੰਮ 'ਚ ਵੜਨਾ ਪੈਣਾ। ਤਾਂ ਡੇਅਰੀ ਫਾਰਮ ਨੂੰ ਕਾਮਯਾਬ ਕਰਨ ਵਾਸਤੇ ਕੀ ਚੀਜ਼ਾਂ ਚਾਹੀਦੀਆਂ ਨੇ? ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ, ਵਧਾਈ ਜਾਓ ਕੰਮ ਨੂੰ। ਜੇ ਐਕਸਪੀਰੀਅੰਸ ਨਹੀਂ ਹੈਗਾ, ਛੋਟੇ ਕੰਮ ਤੋਂ ਸਟਾਰਟ ਕਰੋ, ਫਿਰ ਉਹਨੂੰ ਵਧਾਓ। ਐਕਸਪੀਰੀਅੰਸ ਲੈਣ 'ਤੇ ਕੰਮ ਕਰੋ, ਸਿੱਧਾ ਇਹ ਨਾ ਸੋਚੋ ਯਾਰ ਮੈਂ 10 ਸਾਲ ਮਤਲਬ ਵੀ 1 ਸਾਲ 'ਚ ਕਰੋੜਪਤੀ ਬਣ ਜੂੰਗਾ। 10 ਸਾਲ ਦੀ ਗੇਮ ਸੋਚ ਕੇ ਖੇਡੋ। ਆਪਾਂ 2020 'ਚ ਕੰਮ ਕਰ ਸਟਾਰਟ ਕੀਤਾ ਸੀਗਾ, 2030 ਦੀ ਗੇਮ ਸੋਚ ਕੇ ਮੈਂ ਖੇਡ ਰਿਹਾ ਵੀ 2030 ਤੱਕ ਕੰਮ ਕਰ ਬਹੁਤ ਘੈਂਟ ਹੋ ਜੂਗਾ, ਠੀਕ ਆ। ਕੀ ਪਤਾ 2029 ਤੱਕ ਇੰਨੀ ਤਰੱਕੀ ਨਾ ਹੋਵੇ, 2030 'ਚ ਜਾ ਕੇ ਇੰਨੀ ਤਰੱਕੀ ਹੋ ਜਾਵੇ ਜਿੰਨੀ ਪੂਰੀ 10 ਸਾਲਾਂ 'ਚ ਨਹੀਂ ਆਪਾਂ ਨੇ ਕੀਤੀ। ਇਹ ਆਈ ਜਾਂਦਾ ਹੁੰਦਾ ਯਾਰ ਕੰਮ ਕਰ, ਇੱਕ ਟਾਈਮ ਤੋਂ ਬਾਅਦ ਰੋਕਿਟ ਬਣਦਾ ਹੁੰਦਾ, ਠੀਕ ਆ। ਤਾਂ ਉਹੀ ਆ, ਡੇਅਰੀ ਫਾਰਮਿੰਗ ਦਾ ਫਿਊਚਰ ਬਹੁਤ ਤਕੜਾ, ਆਉਣ ਵਾਲਾ ਟਾਈਮ ਇਹੀ ਚੀਜ਼ ਦਾ। ਪਿੰਡਾਂ 'ਚ ਦੁੱਧ ਘੱਟਦਾ ਜਾ ਰਿਹਾ, ਅੱਜ ਤੋਂ 5 ਸਾਲ ਬਾਅਦ ਲੋਕ ਤਰਸ ਜਾਣਗੇ ਅਸਲੀ ਦੁੱਧ ਪੀਣ ਨੂੰ, ਅਤੇ ਰੇਟ ਦੇਖਿਓ ਤੁਸੀਂ ਕਿੱਥੇ ਜਾਣਗੇ, ਕਿਉਂਕਿ ਦੁੱਧ ਸਭ ਨੂੰ ਚਾਹੀਦਾ ਹੋਊਗਾ, ਵੇਚਣ ਵਾਲੇ ਬਹੁਤ ਘੱਟ ਹੋਣਗੇ। ਸਪੋਜ਼ ਕਰੋ ਤੁਹਾਡੇ ਕੋਲ ਮੈਸਾਂ ਨੇ ਤਾਂ ਤੁਸੀਂ 100 ਬੰਦੇ ਨੂੰ ਦੁੱਧ ਦੇ ਸਕਦੇ ਹੋ, ਬਟ ਜੇ ਲੈਣ ਵਾਲੇ 1000 ਨੇ ਤਾਂ ਤੁਸੀਂ ਰੇਟ ਇੰਨਾ ਕੁ ਵਧਾ ਸਕਦੇ ਹੋ ਵੀ ਉਹ 1000 ਚੋਂ ਜਿਹੜੇ 100 ਸਭ ਤੋਂ ਅਮੀਰ ਨੇ ਉਹੀ ਸਿਰਫ ਤੁਹਾਡਾ ਦੁੱਧ ਅਫੋਰਡ ਕਰ ਸਕਣਗੇ। ਤਾਂ ਇਹ ਫਿਊਚਰ ਇਹ ਚੀਜ਼ ਦਾ, ਜਿਹੜਾ ਬੰਦਾ ਇਹ ਚੀਜ਼ 'ਚ ਹੁਣ ਪੈ ਗਿਆ, ਇਹਨੂੰ ਸਿੱਖ ਗਿਆ, 4-5 ਸਾਲ ਥੋੜ੍ਹਾ ਜਿਹਾ ਔਖਾ ਹੋ ਕੇ ਕੱਟ ਗਿਆ, ਕਿਉਂਕਿ 4-5 ਸਾਲ ਲੱਗਦੇ ਨੇ, ਠੀਕ ਹੈ, ਕਿਸੇ ਵੀ ਕੰਮ ਨੂੰ ਪ੍ਰੋਫਿਟੇਬਲ ਹੋਣ ਨੂੰ, ਬਹੁਤ ਪ੍ਰੋਫਿਟੇਬਲ ਹੋਣ ਨੂੰ। ਪਹਿਲਾਂ ਤਾਂ ਕਈ ਵਾਰ ਨੋ ਪ੍ਰੋਫਿਟ ਨੋ ਲੋਸ 'ਤੇ ਚੱਲਦਾ, ਕਈ ਵਾਰ ਸਟਾਰਟਿੰਗ ਲੋਸ ਤੋਂ ਵੀ ਹੁੰਦੀ ਆ, ਠੀਕ ਆ। ਬਟ ਜਿਹੜਾ ਬੰਦਾ ਪੈ ਗਿਆ ਇਹ ਕੰਮ 'ਚ, ਅਗਲੇ 5 ਸਾਲਾਂ ਬਾਅਦ ਦੇਖਿਓ ਤੁਸੀਂ ਰਿਜ਼ਲਟ ਮਿਲਦੇ ਇਹ ਕੰਮ ਕਰਦੇ। ਤਾਂ ਉਹੀ ਆ, ਕੰਮ ਕਰ ਘੈਂਟ ਆ, ਬਟ ਸਿਰਫ ਜੇ ਤੁਸੀਂ ਸੋਚਦੇ ਪੈਸੇ ਨਾਲ ਕਾਮਯਾਬ ਹੋ ਜੂਗਾ, ਸਿਰਫ ਪੈਸੇ ਨਾਲ ਕਾਮਯਾਬ ਨਹੀਂ ਹੋ ਸਕਦਾ। ਨੌਲੇਜ ਚਾਹੀਦੀ ਆ, ਓਨਰ ਦੀ ਇਨਵੋਲਵਮੈਂਟ ਚਾਹੀਦੀ ਆ ਕਿਸੇ ਵੀ ਕੰਮ ਕਰ 'ਚ, ਤਾਂ ਬਹੁਤ ਕਾਮਯਾਬ ਹੋਊਗਾ। ਤਾਂ ਹੀ ਆਪਣੀ ਅੱਜ ਦੀ ਵੀਡੀਓ ਸੀ, ਵਧੀਆ ਲੱਗੀ ਲਾਈਕ ਕਰਦੇ, ਸ਼ੇਅਰ ਕਰ ਦਿਓ, ਅਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਨਵੇਂ ਆ ਤਾਂ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਸੋ ਮੱਚ ਜੀ ਵੀਡੀਓ ਦੇਖਣ ਵਾਸਤੇ, ਥੈਂਕ ਯੂ ਜੀ।